ਸਵਾਗਤ ਹੈ ਦੋਸਤੋ ਸਾਡੇ YouTube ਚੈਨਲ Best Future Education ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ ਪੰਜਾਬ ਜੀਕੇ ਰਿਲੇਟਡ ਟੌਪ 20 ਕੁਐਸਚਨ ਜੋ ਕਿ ਆਉਣ ਵਾਲੇ ਪੰਜਾਬ ਲੈਵਲ ਦੇ ਹਰ ਇੱਕ ਇਗਜ਼ਾਮ ਵਿੱਚ ਮਹੱਤਵਪੂਰਨ ਰਹਿਣ ਵਾਲੇ ਨੇ ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਇਸ ਦੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਚਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜਰੂਰ ਕਰ ਲੈਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਇਹਦੇ ਨਾਲ ਹੀ ਦੋਸਤੋ ਸਾਡਾ Telegram ਗਰੁੱਪ Best Future Education join ਜਰੂਰ ਕਰ ਲੈਣਾ ਉਸ ਤੇ ਤੁਹ ਵਚਨਬਰ ਫਾਸਟਾ ਬਾਬਾ ਸਾਹਿਬ ਅੰਬੇਦਕਰ ਮਿਊਜ਼ੀਅਮ ਕਿਸ ਸਹਿਰ ਵਿੱਚ ਬਣਾਇਆ ਜਾਵੇਗਾ ਤਾਂ ਰਾਈਟ ਆਨਸਰ ਹੈ ਕਪੂਰਥਲੇ ਠੀਕ ਹੈ ਜੀ ਕਪੂਰਥਲੇ ਬਣਾਇਆ ਜਾਵੇਗਾ ਬਾਬਾ ਸਾਹਿਬ ਅੰਬੇਦਕਰ ਮਿਊਜ਼ੀਅਮ ਐਂਡ 2021 ਦਾ ਜੋ ਬਸਤਰਿਆ ਹੈ ਉਸ ਵਿੱਚ ਇਸ ਮਿਊਜ਼ੀਅਮ ਲਈ 100 ਕਰੋੜ ਰੁਪਇਆ ਜੋ ਰਕਮ ਰੱਖੀ ਗਈ ਹੈ ਅਰਸੀਦੀ ਟਿਕਟ ਕਿਸ ਦੀ ਰਚਨਾ ਹੈ ਦਾ ਰਾਈਟ ਆਨਸਰ ਹੈ ਅਮਰਤਾ ਪ੍ਰੀਤਮ ਠੀਕ ਹੈ ਇਹ ਅਮਰਤਾ ਪ੍ਰੀਤਮ ਜੀ ਜੋ ਆਟੋ ਬਾਇਓਗ੍ਰਾਫੀ ਹੈ ਪੰਜਾਬ ਦੇ ਕਿਸ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਘੱਟ ਸਮੇਂ ਲਈ ਰਹਾ ਤਾਂ ਰਾਈਟ ਆਨਸਰ ਹੈ ਰਜਿੰਦਰ ਕੌਰ ਪਠੱਲ ਠੀਕ ਹੈ ਇਹ ਜੋ ਪੰਜਾਬ ਦੀ ਸਿਰਫ 82 ਦਿਨ ਲਈ ਹੀ ਮੁੱਖ ਮੰਤਰੀ ਬਣੀ ਸੀ ਮਸੰਦ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਤਾਂ ਰਾਈਟ ਆਨਸਰ ਹੈ ਗੁਰੂ ਰਾਮਦਾਸ ਜੀ ਸੇਰੇ ਪੰਜਾਬ ਦੇ ਨਾਮ ਨਾਲ ਕੌਣ ਜਾਣੇ ਜਾਂਦੇ ਹਨ ਤਾਂ ਰਾਈਟ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਮੁੱਢਲਾ ਨਾਮ ਸੀ ਦਾ ਰਾਈਟ ਆਨਸਰ ਹੈ ਗੁਰੂ ਅੰਗਦ ਦੇਵ ਜੀ ਛੋਟਾ ਕੱਲੂਖਾਰਾ ਦੀ ਘਟਨਾ ਕਦੋਂ ਹੋਈ ਦਾ ਰਾਈਟ ਆਨਸਰ ਹੈ 1746 ਈਸਵੀ ਐਂਡ ਜੋ ਵੱਡਾ ਕੱਲੂਖਾਰਾ ਹੋਇਆ ਸੀ ਉਹ 1762 ਈਸਵੀ ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਖੰਨਾ ਠੀਕ ਹੈ ਪੰਜਾਬ ਦੀ ਜੋ ਖੰਨਾ ਮੰਡੀ ਹੈ ਅਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਸੋਨੇ ਦਾ ਪੱਤਰ ਕਿਸ ਨੇ ਲਗਵਾਇਆ ਦਾ ਰਾਈਟ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਆਖਰੀ ਵੰਡ ਕਦੋਂ ਹੋਈ ਦਾ ਰਾਈਟ ਆਨਸਰ ਹੈ 1965 ਈਸਵੀ ਐਂਡ ਦੋਸਤੋ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਜੋਕਾ ਪੰਜਾਬ ਹੋਦ ਵਿੱਚ ਕਦੋਂ ਆਇਆ ਤਾਂ ਉਸ ਦਾ ਰਾਈਟ ਆਨਸਰ 1960 ਹੋਵੇਗਾ ਜਨਕੀ 1 ਫਸਟ ਨਵੰਬਰ 1960 ਪੰਜਾਬ ਜਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਪਨਾ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1975 ਵੀ ਮਾਨਸਾ ਕਿਸ ਖੇਤਰ ਅਧੀਨ ਆਉਂਦਾ ਹੈ ਤਾਂ ਰਾਈਟ ਆਨਸਰ ਹੈ ਮਾਲਵਾ ਗੁਰਦੇਵ ਸਿੰਘ ਨੂੰ ਕਿਸ ਰਚਨਾ ਲਈ ਗਿਆਨਪੀਠ ਅਵਾਰਡ ਮਿਲਿਆ ਦਾ ਰਾਈਟ ਆਨਸਰ ਹੈ ਮੜੀ ਦਾ ਦੀਵਾ ਠੀਕ ਹੈ ਜੀ ਮੜੀ ਮੜੀ ਦਾ ਦੀਵਾ ਠੀਕ ਹੈ ਇਸ ਰਚਨਾ ਲਈ ਜੋ ਗਿਆਨਪੀਠਾ ਅਵਾਰਡ ਮਿਲਿਆ ਸੀ ਐਂਡ ਪੰਜਾਬੀ ਦੇ ਜੋ ਸਿਰਫ ਦੋ ਲੇਖਕ ਨੇ ਠੀਕ ਹੈ ਇੱਕ ਅਮਰਤਾ ਪ੍ਰੀਤਮ ਅਤੇ ਗੁਰदयाल ਸਿੰਘ ਇਹਨਾਂ ਨੂੰ ਹੀ ਸਿਰਫ ਜੋ ਗਿਆਨਪੀਠਾ ਅਵਾਰਡ ਮਿਲਿਆਗਾ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1882ਵੀ ਪੰਜਾਬ ਤੋਂ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਕੌਣ ਬਣੀ ਤਾਂ ਰਾਈਟ ਆਨਸਰ ਹੈ ਕਿਰਨ 베ਦੀ ਬਾਜ ਨੂੰ ਪੰਜਾਬ ਦਾ ਰਾਜ ਪੰਛੀ ਕਦੋਂ ਘੋਸ਼ਿਤ ਕੀਤਾ ਗਿਆ ਤਾਂ ਰਾਈਟ ਆਨਸਰ ਹੈ 1999 ਇਸਵੀ ਠੀਕ ਹੈ ਜੀ ਬਾਜ ਨੂੰ ਜੋ ਪੰਜਾਬ ਦਾ ਰਾਜ ਪੰਛੀ 15 ਮਾਰਚ 1999 ਨੂੰ ਰਾਜ ਪੰਛੀ ਘੋਸ਼ਿਤ ਕੀਤਾ ਗਿਆ ਸੀ ਅਰਗਵੇਦਿਕ ਕਾਲ ਵਿੱਚ ਪੰਜਾਬ ਦਾ ਨਾਂ ਕੀ ਸੀ ਸਾ ਰਾਈਟ ਆਨਸਰ ਹੈ ਸੱਤ ਸਿੰਧੂ ਠੀਕ ਹੈ ਜਨਕੀ ਸੱਤ ਸਿੰਧੂ ਕਿਹਾ ਜਾਂਦਾ ਸੀ ਫਰਨੀਚਰ ਉਦਯੋਗ ਲਈ ਪੰਜਾਬ ਦਾ ਕਿਹੜਾ ਸ਼ਹਿਰ ਮਸ਼ਹੂਰ ਹੈ ਸਾ ਰਾਈਟ ਆਨਸਰ ਹੈ ਕਰਤਾਰਪੁਰ ਇਸ ਤਰ੍ਹਾਂ ਦੋਸਤੋ ਜੋ ਲੁਧਿਆਣਾ ਹੈ ਇਹ ਸੈਂਕਲ ਉਦਯੋਗ ਲਈ ਐਂਡ ਜਲੰਧਰ ਜੋ ਖੇਡਾਂ ਦੇ ਸਮਾਨ ਲਈ ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਤਾਂ ਰਾਈਟ ਆਨਸਰ ਹੈ 7 ਠੀਕ ਹੈ ਜੀ 7 ਮੈਂਬਰ ਚੁਣੇ ਜਾਂਦੇ ਨੇ ਐਂਡ ਲੋਕ ਸਭਾ ਲਈ 13 ਐਂਡ ਵਿਧਾਨ ਸਭਾ ਲਈ 117 ਠੀਕ ਹੈ ਯਾਨੀ ਕਿ ਵਿਧਾਨ ਸਭਾ ਦੀਆਂ 117 ਸੀਟਾਂ ਨੇ ਲੋਕ ਸਭਾ ਦੀਆਂ 13 ਤੇ ਰਾਜ ਸਭਾ ਦੀਆਂ 7 ਬੇਬੇ ਰਾਮ ਭਜਨੀ ਸਾਇਤ ਦਾ ਕਿਹੜਾ ਰੂਪ ਹੈ ਤਾਂ ਰਾਈਟ ਆਨਸਰ ਹੈ ਇਕਾਂਗੀ ਠੀਕ ਹੈ ਜੀ ਇਹ ਇੱਕ ਇਕਾਂਗੀ ਹੈ ਜੋ ਕਿ ਈਸ਼ਵਰ ਚੰਦਰ ਨੰਦਾਵਲੋਂ ਲਿਖੀ ਗਈ ਸੀ ਇਸ ਤਰ੍ਹਾਂ ਦੋਸਤੋ ਅੱਜ ਦੇ 20 ਕੁਐਸਚਨ ਸਮਾਪਤ ਹੋਏ ਨੇ ਵੀਡੀਓ ਵਧੀਆ ਹੈਲਪਫੁਲ ਲੱਗੀ ਆ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਦ ਤੋਂ ਅੱਦ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ